ਸਾਡਾ ਵੀਰ ਲੱਤ ਪੋਟੀਆਂ ਗਿਆ ਨੇ ਵੀਰ ਦਾ ਬੀਤੇ ਦਿਨਾਂ ਕਾਦੀਆਂ ਦੇ ਵਿੱਚ ਵਾਪਰੇ ਬੱਸ ਹਾਦਸੇ ਦੇ ਵਿੱਚ ਇੱਕ 13 ਸਾਲ ਦੇ ਬੱਚੇ ਦੀ ਵੀ ਦਰਦਨਾਕ ਮੌਤ ਹੋ ਗਈ ਹੈ ਜੋ ਕਿ ਆਪਣੇ ਪਿਤਾ ਦੇ ਨਾਲ ਦਵਾਈ ਲੈਣ ਦੇ ਲਈ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਸਕੂਟੀ ਸਵਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਬੱਸ ਜੋ ਹੈ ਸਿੱਧਾ ਜਾ ਕੇ ਬੱਸ ਸਟਾਪ ਦੇ ਜੋ ਲੈਂਟਰ ਹੁੰਦਾ ਉਸ ਦੇ ਵਿੱਚ ਵੱਜਦੀ ਹੈ ਅਤੇ ਜਿਸ ਦੇ ਕਾਰਨ 3 ਲੋਕਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਜਿਸ ਦੇ ਵਿੱਚ ਇੱਕ 13 ਸਾਲ ਦਾ ਬੱਚਾ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਤੇ ਹੁਣ ਉਸ ਦੇ ਪਰਿਵਾਰਕ ਮੈਂਬਰ ਕੈਮਰੇ ਦੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਪਰਿਵਾਰਕ ਮੈਂਬਰ ਸਾਹਿਬ ਦੇਖੇ ਜਾ ਸਕਦੇ ਨੇ ਕਿ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਹੀ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਕਿ ਹਾਦਸੇ ਦੀ ਜਾਂਚ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ ਬਟਾਲਾ ਦੇ ਵਿੱਚ ਇਹ ਹਾਦਸਾ ਵਾਪਰਿਆ ਸੀ ਜਦੋਂ ਇੱਕ ਨਿੱਜੀ ਕੰਪਨੀ ਦੀ ਬੱਸ ਮੋਹਾਲੀ ਵੱਲ ਆ ਰਹੀ ਸੀ ਤਾਂ ਕਾਦੀਆਂ ਦੇ ਕੋਲ ਦੱਸਿਆ ਜਾ ਰਿਹਾ ਕਿ ਇੱਕ ਸਕੂਟੀ ਸਵਾਰ ਨੂੰ ਬਚਾਉਣ ਦੇ ਚੱਕਰ 'ਚ ਬੱਸ ਸਿੱਧਾ ਹੀ ਜਾ ਕੇ ਬੱਸ ਸਟੈਂਡ ਦੇ ਅੰਦਰ ਹੀ ਵੜ ਜਾਂਦੀ ਹੈ ਅਤੇ ਜੋ ਬੱਸ ਸਟੈਂਡ ਅੰਦਰ ਲੈਂਟਰ ਹੁੰਦਾ ਉਹ ਬੱਸ ਦੇ ਅੰਦਰ ਆ ਜਾਂਦਾ ਜਿਸ ਦੇ ਕਾਰਨ 3 ਲੋਕਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਜਿਸ ਬੱਚੇ ਦੀ ਮੌਤ ਹੋਈ ਹੈ ਉਸਦੇ ਘਰ 3 ਦਿਨ ਪਹਿਲਾਂ ਹੀ ਉਸਦੀ ਇੱਕ ਨਿੱਕੀ ਭੈਣ ਨੇ ਜਨਮ ਲਿਆ ਕੁੱਲ ਇਹ 7 ਭੈਣ ਭਰਾ ਦੱਸੇ ਜਾ ਰਹੇ ਨੇ ਜੋ ਕਿ ਆਪਣੇ ਪਿਤਾ ਦੇ ਨਾਲ ਦਵਾਈ ਲੈਣ ਦੇ ਲਈ ਜਾ ਰਿਹਾ ਸੀ ਤਾਂ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਘਰ ਦੇ ਵਿੱਚ ਸੱਥਰ ਵਿੱਛ ਗਿਆ ਇੱਕ ਪਾਸੇ ਜਿੱਥੇ 3 ਦਿਨ ਪਹਿਲਾਂ ਪਰਿਵਾਰ ਖੁਸ਼ੀਆਂ ਮਨਾ ਰਿਹਾ ਸੀ ਕਿ ਘਰ ਦੇ ਵਿੱਚ ਧੀ ਆਈ ਹੈ ਉੱਥੇ ਹੀ ਹੁਣ ਇੱਕ 13 ਸਾਲ ਦੇ ਬੱਚੇ ਦੀ ਮੌਤ ਹੋ ਜਾਣ ਦੇ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਆਪ ਦਵਾਈ ਲੈਣ ਗਏ ਆ ਜੀ ਮੇਰਾ ਲਖਵਿੰਦਰ ਸਿੰਘ ਦਵਾਈ ਲੈਣ ਗਏ ਆ ਸਾਨੂੰ ਉਧਰੋਂ ਬੰਦਾ ਸਾਡੇ ਪਿੰਡ ਦਾ ਦੱਸਣ ਆਇਆ ਕਿ ਕਿੱਥੇ ਆ ਮੈਂ ਕਿਹਾ ਦਵਾਈ ਲੈਣ ਗਏ ਆ ਉਹਨੇ ਦੱਸਿਆ ਆਣ ਕੇ ਵੀ ਇੱਦਾਂ ਇੱਦਾਂ ਜਾਣ ਤੋਂ ਆ ਮੈਨੂੰ ਕਹਿੰਦੇ ਜਾ ਆਪਣੇ ਪੋਤੇ ਵਾਲੇ ਪਤਾ ਲਿਆ ਮੈਂ ਕਿਹਾ ਮੈਂ ਨੀ ਜਾਣਾ ਮੈਨੂੰ ਹਸਪਤਾਲ ਨੂੰ ਮੈਂ ਚੱਲ ਗਿਆ ਉੱਥੇ ਮਰ ਜਾਣਾ ਮੁੜ ਕੇ ਹਸਪਤਾਲ ਫੋਨ ਕੀਤਾ ਵੀ ਉਹ ਮੌਕੇ ਤੇ ਮਰ ਗਿਆ ਉੱਥੇ ਹਸਪਤਾਲ ਮੁੰਡਾ ਅੰਮ੍ਰਿਤਸਰ ਲੈ ਗਿਆ ਅਸੀਂ ਤਾਂ ਅੱਗੇ ਮਰੇ ਆ ਘਰ ਦਾ ਬਹੁਤ ਮਾੜਾ ਕਿਸੇ ਨੂੰ ਪਿੰਡ ਚ ਬੋਲੋ ਘਰ ਦਾ ਕੀ ਲਾ ਲਾ 7 ਵਿਚਾਰੇ ਦੇ ਨਿਆਣੇ ਜੋ ਜਿਹੜਾ ਦਾਖਲ ਕੀਤਾ ਆ ਕੁੜੀ 3 ਦਿਨਾਂ ਦੀ ਵਿਚਾਰੀ ਨਹੀਂ ਗਈ ਘਰ ਦੀ ਹਾਲਾਤ ਮਾੜੀ ਹੈ ਜੀ ਘਰ ਦਾ ਤੁਹਾਨੂੰ ਦਿਖਾਣੇ ਦਿਆ ਹਾਂਜੀ ਨਾਮ ਜੀ ਆਪਣਾ ਰੂਪਪੁਰ ਕਿੱਦਾਂ ਮਿਲਿਆ ਤੁਹਾਨੂੰ ਸੁਣਿਆ ਘਰੋਂ ਕਿੱਦਾਂ ਗਏ ਸੀ ਬੱਚੇ ਇੱਥੇ ਉਹਨੂੰ ਕੋਈ ਦੱਸ ਕੇ ਗਏ ਵੀ ਬੇਟਾ ਕਿੱਥੇ ਹੈ ਬੇਟਾ ਕਿੱਥੇ ਹੈ ਕਹਿੰਦੇ ਬੇਟਾ ਤੇ ਪੀਠ ਹੁਣੇ ਹੀ ਇਹਦੇ ਕੋਈ ਨਿਆਣਾ ਇਹਨੇ ਇਹ ਨਾ ਹੀ ਨਾ ਬੱਚੇ ਕਹਿੰਦੇ ਕੋਈ ਕਹਿੰਦਾ ਹੈ ਨੀ ਗਿਆ ਤੇ ਕੋਈ ਕਹਿੰਦਾ ਉਹਨੂੰ ਗਿਆ ਵਾ ਏਦਾਂ ਕਰਦੇ ਕਰਦੇ ਫਿਰ ਉਹ ਬੇਟੇ ਇੱਥੇ ਦੋ ਵਾ ਨਾ ਲਾਗੋ ਲਾ ਗਈ ਇੱਕ ਗੁਆਂਢੀਆਂ ਦਾ ਮੁੰਡਾ ਵੀ ਬੇਟਾ ਤੇ ਉਹ ਕਹਿੰਦੇ ਨਹੀਂ ਉਹ ਤੇ ਤੁਹਾਡਾ ਬੇਟਾ ਕਿੱਥੇ ਆ ਏਦਾਂ ਪੁੱਛਣਦੇ ਤੁਹਾਡਾ ਬੇਟਾ ਕਿੱਥੇ ਤੇ ਮੈਂ ਇੱਥੋਂ ਨੀ ਵੇਖਣ ਡੀ ਉੱਤੋਂ ਨੀ ਵੀ ਕਿਹਦੀ ਗੱਲ ਕਰਦੇ ਆ ਫਿਰ ਉਹ ਏਦਾਂ ਗੱਲਾਂ ਕਰਦੇ ਕਰਦੇ ਮੁੜ ਕੇ ਉਹ ਤੇ ਕਹਿੰਦੇ ਤੁਹਾਡਾ ਬੇਟਾ ਤੇ ਮੁੰਡਾ ਵੱਡਾ ਕਿੱਥੇ ਆ ਉਹਨਾਂ ਦੀ ਪਰਚੋਲ ਪੈ ਗਈ ਉਹ ਗੱਲਾਂ ਕਰਦੇ ਕਰਦੇ ਬੰਦਾ ਵੀ ਏਦਾਂ ਮਗਰੇ ਇਹਨਾਂ ਦੇ ਤੁਰਤੀ ਥੋੜੀ ਦੇਰ ਨਹੀਂ ਕੁੜੀ ਨਿਕਲ ਜਾਂਦੀ ਆ ਆਹ ਤੇ ਗੁੱਡੀ ਉਹਦੀ ਵੱਡੀ ਮੁੰਡੇ ਦੀ ਘਰੋਂ ਉੱਥੇ ਦਵਾਈ ਦਵੂਈ ਲੈਣ ਗਏ ਖਰੀ ਦਵਾਈ ਆਪਣੀ ਲੈਣ ਗਏ ਪਰ ਰਾਤੀ ਵੀ ਇੱਥੇ ਉਹਦੇ ਝਗੜਦੇ ਝੁਗੜੇ ਬੱਚਿਆਂ ਦੇ ਨਾਲ ਹੀ ਤੇ ਰਾਤੀ ਵੀ ਨੀ ਕੋਈ ਖਾਧਾ ਸਾਡੇ ਉਹ ਹਾਲਾਤ ਤਾਂ ਉਹਦੀ ਵੀ ਬੜੀ ਮਾੜੀ ਆ ਇੱਥੇ ਪੱਠੀਆਂ ਕੀਤੀਆਂ ਅੱਖਾਂ ਦੇ ਉੱਤੇ ਆ ਗੋਡਿਆਂ ਨੇ ਬਹੁਤ ਮਾੜਾ ਹਾਲ ਆ ਪੋਤਰੇ ਦੀ ਹੋਣੀ 12-13 ਸਾਲ ਉਮਰ ਘਰ ਦੇ ਵਿੱਚ ਬੇਟੀ ਵੀ ਪੋਤਰੀ ਵੀ ਹੋਈ ਹੈ ਪੋਤਰੀ ਵੀ ਹੋਈ ਹੈ ਤੇ 4 ਗੁੱਡੀਆਂ ਨੇ ਇੱਕ ਹੁਣ 5-4 ਦੀ ਨਹੀਂ 3 ਕਾਕੇ ਕੌਣ ਦੋ ਰਹੇ ਤੇ ਮਰ ਗਿਆ
ਸੁਰਿੰਦਰ ਸਿੰਘ ਜੀ ਕੀ ਪਤਾ ਲੱਗਾ ਘਟਨਾ? ਇਹ ਜੀ ਬਹੁਤ ਮਾੜੀ ਘਟਨਾ ਹੋਈ ਹੈ ਜੀ, ਹੁਣੇ ਮੈਨੂੰ ਫੋਨ ਗਿਆ ਸੁਣਿਆ ਅਸੀਂ ਆਏ ਹਾਂ, ਬਹੁਤ ਮਾੜਾ ਹੋਇਆ ਜੀ, ਉਹ ਬੇਟਾ ਪੂਰਾ ਹੋ ਗਿਆ ਜਿਹੜਾ ਉਹਦਾ ਡੈਡੀ ਉਹ ਵੀ ਸ੍ਰੀ ਹੈ ਅੰਮ੍ਰਿਤਸਰ ਭੇਜਤਾ ਘਰ ਦੀ, ਉਹ 15-16 ਸਾਲ ਆ ਨੌਵੀਂ ਚ ਪੜ੍ਹਦਾ, ਉਹ ਸਕੂਟੀ ਤੇ ਗਏ ਜੀ ਦਵਾਈ ਲੈਣ ਸਟੋਰ ਤੋਂ ਨਿਕਲੇ, ਉਧਰੋਂ ਬੱਸ ਆਈ, ਬਹੁਤ ਮਾੜੇ ਹਾਲਾਤ ਆ ਜੀ, ਦਿਹਾੜੀ ਦੱਪਾ ਕਰਕੇ ਆਪਣਾ ਗੁਜ਼ਾਰਾ ਕਰਦੇ ਜੀ, ਬੜਾ ਤਿੰਨ ਦਿਨ ਹੋਏ ਗੁੜੀਆ ਹੋਈ ਉਹਦੇ, ਹਾਲਾਤ ਬਹੁਤ ਮਾੜੇ ਆ ਜੀ, ਹਾਂ ਖੁਸ਼ੀਆਂ ਦੇ, ਹਾਂਜੀ ਹੁਣ ਅੱਜ ਗਮੀ ਹੋ ਗਈ, ਭਰਾ ਵੱਡਾ ਪੂਰਾ ਹੋ ਗਿਆ, ਵੱਡਾ ਹੀ ਭਰਾ ਸੀ, ਵੱਡਾ ਹੀ ਬੇਟਾ ਜੀ, ਬਾਕੀ ਪਰਿਵਾਰ ਬਹੁਤ ਜੀ ਮਹੱਤਰ ਬੰਦੇ ਆ ਬਹੁਤ ਜੀ, ਫਿਰ ਇਹਨਾਂ ਦੀ ਜੋ ਮਦਦ ਕੀਤੀ ਜਾਵੇ ਵੱਧ ਤੋਂ ਵੱਧ, ਪਿੰਡ ਦਾ ਵੇਖੋ ਤੁਸੀਂ ਵੇਖਿਆ ਸਾਰਾ ਪਿੰਡ ਇਕੱਠਾ ਹੋਇਆ ਜੀ, ਭੁਪਿੰਦਰ ਸਿੰਘ ਨਾਮ ਜੀ ਮੇਰਾ, ਭੁਪਿੰਦਰ ਸਿੰਘ ਜੀ ਇਹਨਾਂ ਦਾ ਬੇਟਾ ਇਸ ਐਕਸੀਡੈਂਟ ਤੇ ਮਰ ਗਿਆ ਤੇ ਇਹਨਾਂ ਦਾ ਪਰਿਵਾਰ ਦਾ ਕੀ ਮਾਮਲਾ? ਹਾਂਜੀ ਪਤਾ ਲੱਗਾ ਇਹ 2 ਵਜੇ ਪਤਾ ਲੱਗਾ ਜੀ, ਮਤਲਬ ਵੀ ਇਸ ਤਰ੍ਹਾਂ ਕਰਕੇ ਸਾਹਬਾਦ ਐਕਸੀਡੈਂਟ ਹੋਇਆ ਵਾ, ਤੇ ਬੱਸ ਵੱਜ ਗਈ ਆ, ਤੇ ਮੈਂ ਵੀ ਪਤਾ ਕਰਨ ਗਿਆ ਉਧਰ, ਇਹਦੀ ਦਾਦੀ ਤੁਰੀ ਜਾਂਦੀ ਹੈ ਰਸਤੇ 'ਚ, ਤੇ ਉਹ ਫਿਰ ਮੇਰੇ ਨਾਲ ਬੈਠੀ, ਮੈਨੂੰ ਕਹਿੰਦੀ ਪਿੰਦੇ ਮੈਨੂੰ ਲੈ ਜਾ, ਵੀ ਸਾਡੇ ਬੱਚੇ ਵੀ ਗਏ ਆ, ਤੇ ਮੈਨੂੰ ਪਤਾ ਲੱਗਾ ਵਾ ਵੀ ਮਤਲਬ ਸਾਡੇ ਬੱਚਿਆਂ ਦੇ ਵੀ ਸੱਟ ਲੱਗੀ ਆ, ਜਦੋਂ ਉੱਥੇ ਗਏ ਤੇ ਉੱਥੇ ਮਤਲਬ ਕੋਈ ਪਤਾ ਨਹੀਂ ਲੱਗਾ, ਫਿਰ ਹੌਸਪੀਟਲ ਆਪਾਂ ਗਏ ਆ, ਹੌਸਪੀਟਲ ਜਾ ਕੇ ਤੇ ਉੱਥੇ ਮੁੰਡਾ ਰਵੀ ਆ ਸਾਡਾ ਵਾਕ ਵੀ, ਉਹਨੇ ਫਿਰ ਮਤਲਬ ਮੈਨੂੰ ਪਾਖਿਆ ਵੀ ਮਰੀਜ਼ ਵਿਖਾਉਣਾ ਤੈਨੂੰ, ਮਰੀਜ਼ ਵੇਖਿਆ ਤੇ ਉਹ ਇਹਦਾ ਮੁੰਡੇ ਦਾ ਡੈਡੀ ਜਿਹੜਾ ਮਤਲਬ ਉਹ ਦੇਖਿਆ ਤੇ ਉਹ ਸੀਰੀਅਸ ਸੀਗਾ ਉਸਲੇ, ਤੇ ਮੈਂ ਉਹਨੂੰ ਆਖਿਆ ਵੀ ਇੱਕ ਛੋਟਾ ਬੱਚਾ ਸੀ ਨਾਲ ਇਹਦੇ, ਉਹ ਫਿਰ ਉੱਥੇ ਗਏ ਮਤਲਬ ਤੇ ਉੱਥੋਂ ਉਹ ਛੋਟਾ ਬੱਚੇ ਨੂੰ ਪਛਾਣਿਆ ਤੇ ਛੋਟਾ ਬੱਚਾ ਮਤਲਬ ਖਤਮ ਹੋ ਗਿਆ, ਮਤਲਬ ਇਹ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਗਿਆ, ਮਾਤਰ ਪਰਿਵਾਰ ਸੀ, ਮਤਲਬ ਵਿਚਾਰਾ ਦਿਹਾੜੀ ਡੰਗ ਆਪਣਾ ਦਿਹਾੜੀ ਡੱਪਾ ਕਰਕੇ ਗੁਜ਼ਾਰਾ ਕਰਦੇ ਸੀਗੇ, ਪਰ ਮਤਲਬ ਇਹ ਗਏ ਆ ਮਤਲਬ ਚਾਹੇ ਕੋਈ ਦਵਾਈ ਲੈਣ ਗਏ, ਉੱਥੇ ਮੈਡੀਕਲ ਸਟੋਰ ਵੀ ਆ, ਉੱਥੇ ਅੱਗੇ ਵੀ ਜਾਂਦੇ ਦਵਾਈ ਲੈਣ, ਉਹ ਬੱਸ ਦੀ ਲਪੇਟ ਚ ਆ ਗਏ ਆ, ਮਤਲਬ ਇਹ ਦਵਾਈ ਲੈਣ ਗਏ ਜਾਂ ਕੋਈ ਹੋਰ ਵਸਤੂ ਲੈਣ ਗਏ ਆ, ਤੇ ਮਤਲਬ ਬੱਸ ਦੀ ਲਪੇਟ ਚ ਆ ਗਏ, 3 ਦਿਨ ਹੋ ਗਏ ਜੀ, 3 ਦਿਨਾਂ ਦੀ ਬੱਚੀ ਆ ਮਤਲਬ, ਹਾਂਜੀ ਆਪਣੀ ਹਾਲਾਤ ਉਸਲੇ ਮੈਨੂੰ ਕਹਿੰਦਾ ਸੀ ਵੀ ਮਤਲਬ ਮੈਨੂੰ ਪਤਾ ਨੀ ਕੋਈ ਲੱਗਣ ਦਿਆ, ਮਤਲਬ ਗੱਲਾਂ ਮੈਂ 2-3 ਕੀਤੀਆਂ ਵਾ, ਪਰ ਬੋਲਦਾ ਵੀ ਮੈਨੂੰ ਪਤਾ ਨੀ ਲੱਗਣ ਦਿਆ ਵੀ ਮਤਲਬ ਮੈਨੂੰ ਕੀ ਹੋਣ ਦਿਆ, ਉਹਦੀ 13 ਸਾਲ ਉਮਰ ਆ,